ਕਿਵੇਂ ਦੇਖ ਰਹੇ 1999 ਤੋਂ ਬਾਅਦ ਇਹ ਮੌਕਾ ਮਿਲ ਰਿਹਾ ਜਦੋਂ ਇਹ ਸਰਟੀਫਿਕੇਟ ਫੜਨ ਦਾ ਇੱਕ ਵਾਰੀ ਮੌਕਾ ਮਿਲਿਆ ਤੁਹਾਨੂੰ ਦੁਬਾਰਾ ਤੋਂ ਦੇਖੋ ਜਿਹੜੀ ਇੰਡੀਅਨ ਪ੍ਰੈਸ ਸੀਗੀ ਨਾ ਉਸ ਦੇ ਉੱਤੇ ਇੰਡੀਅਨ ਹਕੂਮਤ ਦਾ ਬਹੁਤ ਜ਼ੋਰ ਸੀਗਾ ਉਹ ਕਹਿੰਦੀ ਸੀ ਕਿ ਨੈਟ ਵਾਲਿਆਂ ਨੂੰ ਅਖਬਾਰਾਂ ਵਾਲਿਆਂ ਨੂੰ ਕਿ ਜੇ ਤੁਸੀਂ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਦਿਓਗੇ ਤਾਂ ਫਿਰ ਉਹ ਖਾਲਿਸਤਾਨ ਦੇ ਲਈ ਇੱਕ ਆਕਸੀਜਨ ਤੁਸੀਂ ਦੇ ਰਹੇ ਹੋ ਇਸ ਕਰਕੇ ਇੰਡੀਆ ਦੀ ਪ੍ਰੈਸ ਤਾਂ ਹੈਗੀ ਆ ਫਰੀ ਪਰ ਮੈਨੂੰ ਬੜਾ ਅਫਸੋਸ ਹੈ ਕਿ ਟ੍ਰਿਬਿਊਨ ਹਿੰਦੁਸਤਾਨ ਟਾਈਮਸ ਟਾਈਮਸ ਆਫ ਇੰਡੀਆ ਇੰਡੀਅਨ ਐਕਸਪ੍ਰੈਸ ਨੇ ਅਤੇ UNI ਨੇ PTI ਨੇ ਇਹ ਜਿਹੜੀ ਫਰੀ ਪ੍ਰੈਸ ਹੈ ਸੰਵਿਧਾਨ ਦੇ ਵਿੱਚ ਫਰੀ ਐਕਸਪ੍ਰੈਸ਼ਨ ਹੈ ਉਹ ਸਾਡੀ ਪ੍ਰੈਸ ਨੇ ਬਿਲਕੁਲ ਖਤਮ ਕਰਤਾ ਸੀਗਾ ਇਹਦੇ ਬਾਰੇ ਮੈਨੂੰ ਤਕੜੇ ਹੋ ਕੇ ਕਰਨਾ ਪੈਣਾ ਕਿਉਂ ਕਰਕੇ ਪਰਸੋਂ ਤੁਸੀਂ ਟ੍ਰਿਬਿਊਨ ਦੇ ਵਿੱਚ ਦੇਖਿਆ ਹੋਊਗਾ ਅੰਗਰੇਜ਼ੀ ਟ੍ਰਿਬਿਊਨ ਨੇ 4 ਕੈਂਡੀਡੇਟਸ ਦੀਆਂ ਤਸਵੀਰਾਂ ਜਿਹੜੇ ਸੰਗਰੂਰ ਲੜ ਰਹੇ ਹੈ ਉਹ ਪਾਤੀਆਂ ਸੀ ਪਰ ਸਿਮਰਨਜੀਤ ਸਿੰਘ ਮਾਨ ਦੀ ਨਹੀਂ ਪਾਈ ਹੈ ਹੁਣ ਇਦੋਂ ਜ਼ਿਆਦਾ ਵਿਰੋਧਤਾ ਕੀ ਹੋ ਸਕਦੀ ਹੈ ਟ੍ਰਿਬਿਊਨ ਅਤੇ ਅੰਗਰੇਜ਼ੀ ਪੇਪਰਾਂ ਨੇ ਕਿਉਂ ਕਰਕੇ 1984 'ਚ ਇਹਨਾਂ ਦਾ ਜਿਹੜਾ ਐਡੀਟਰ ਸੀਗਾ ਪ੍ਰੇਮ ਭਾਟੀਆ ਉਸਨੇ ਇੰਦਰਾ ਗਾਂਧੀ ਦੇ ਉੱਤੇ ਬਹੁਤ ਜ਼ੋਰ ਪਾਇਆ ਕਿ ਤੁਸੀਂ ਸਟੇਟਲੈਸ ਸਿੱਖਸ ਦੇ ਉੱਤੇ ਮਿਲਟਰੀ ਹਮਲਾ ਕਰੋ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਜਦੋਂ ਪ੍ਰੈਸ ਰਾਜ ਕਰਨ ਵਾਲਿਆਂ ਨਾਲ ਮਿਲ ਜੇ ਲੋਕਾਂ ਨੂੰ ਫਿਰ ਇਨਸਾਫ ਨਹੀਂ ਮਿਲਦਾ ਹੈਗਾ ਪਰ ਮਾਨ ਸਾਹਿਬ ਪੰਜਾਬੀ ਮੀਡੀਆ ਨੇ ਤੁਹਾਨੂੰ ਕਾਫੀ ਦਿਖਾਇਆ ਤੁਹਾਡੀ ਚਰਚਾ ਕੀਤੀ ਤੁਹਾਡੇ ਨਾਲ ਗੱਲਾਂ ਬਾਤਾਂ ਸੁਣੀਆਂ ਮੈਂ ਅੰਗਰੇਜ਼ੀ ਮੀਡੀਆ ਦੀ ਗੱਲ ਕੀਤੀ ਹੈ ਤੇ ਮੈਂ ਤੁਹਾਡੀ ਗੱਲ ਨਹੀਂ ਕੀਤੀ ਪਰ ਪੰਜਾਬੀ ਦਾ ਮੀਡੀਆ ਆਪਣੇ ਬਾਰਡਰਾਂ ਤੋਂ ਅੱਗੇ ਟੱਪ ਕੇ ਨਹੀਂ ਜਾਂਦਾ ਤੇ ਜਿਹੜਾ ਮੀਡੀਆ ਬਾਰਡਰ ਟੱਪ ਕੇ ਜਾਂਦਾ ਹੈ ਉਸ ਨੇ ਮੇਰੇ ਉੱਤੇ ਪਾਬੰਦੀ ਲਾਈ ਹੋਈ ਸੀਗੀ ਜਿਹੜਾ ਮੈਂ ਆਸ ਕਰਦਾ ਕਿ ਉਹ ਕੁੰਜੀ ਲੈ ਕੇ ਉਸ ਪਾਬੰਦੀ ਨੂੰ ਤੋੜ ਦੇਣਗੇ ਤੇ ਜਿਹੜਾ ਸੰਵਿਧਾਨ ਦੇ ਵਿੱਚ ਲਿਖਿਆ ਫਰੀ ਪ੍ਰੈਸ ਐਂਡ ਐਕਸਪ੍ਰੈਸ਼ਨ ਉਸ ਨੂੰ ਜਾਰੀ ਕਰ ਦੇਣਗੇ ਮਾਨ ਸਾਹਿਬ ਅੱਜ ਦਾ ਦਿਨ ਨਤੀਜਾ ਆਇਆ ਆਪ ਸਰਕਾਰ ਦੇ ਰਿਪੋਰਟ ਕਾਰਡ ਮੰਨਿਆ ਜਾਂਦਾ ਕਿਸ ਤਰ੍ਹਾਂ ਦੇ ਅੱਜ ਦਾ ਨਤੀਜਾ ਜਿਹੜੇ ਸੰਗਰੂਰ ਵਾਲਿਆਂ ਨੇ ਬਹੁਤ ਬਹਾਦਰੀ ਦੇ ਨਾਲ ਸਾਡੀ ਪਾਰਟੀ ਨੂੰ ਵੋਟਾਂ ਪਾਈਆਂ ਸੈਂਟਰ ਦੀਆਂ ਮੰਨੀਆਂ ਹੋਈਆਂ ਪਾਰਟੀ ਕਾਂਗਰਸ ਬੀਜੇਪੀ RSS ਆਮ ਆਦਮੀ ਪਾਰਟੀ ਸਾਰਿਆਂ ਨੂੰ ਖੂੰਜੇ ਦੇ ਵਿੱਚ ਲਾਤਾ ਇਹਦੇ ਵਿੱਚ ਸਿਆਸਤ ਦਾ ਬਹੁਤ ਤਬਦੀਲੀ ਆਊਗੀ ਕਿਉਂ ਕਰਕੇ ਜਿਹੜੀ ਵਿਰੋਧੀ ਧਿਰ ਹੈ ਉਹ ਅਸਲੀ ਗੱਲ ਨੂੰ ਹੱਥ ਨਹੀਂ ਫੜਦੀ ਤੇ ਬੀਜੇਪੀ ਤੇ RSS ਦੇ ਹੱਥ ਦੇ ਵਿੱਚ ਉਹ ਮਜਬੂਰਨ ਹੋ ਗਈ ਹੈ ਹੁਣ ਟ੍ਰਿਬਿਊਨ ਛਪਦੀ ਸੀ ਲਾਹੌਰ 'ਚ ਲਾਹੌਰ ਦੇ ਵਿੱਚ ਜੇ ਛਪਦੀ ਸੀ ਫਿਰ ਲਾਹੌਰ ਦੇ ਵਿੱਚ ਬੰਦ ਕਰਕੇ ਇੱਧਰ ਕਿਉਂ ਲੈ ਆਏ ਅਕਸਰ ਅਖਬਾਰਾਂ ਨੂੰ ਤਾਂ ਕੋਈ ਖਤਰਾ ਨਹੀਂ ਹੁੰਦਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਅਖਬਾਰਾਂ ਸਹੀ ਨੁਮਾਇੰਦਗੀਆਂ ਵਿਰੋਧੀ ਧਿਰ ਜਾਂ ਖਾਲਸਾ ਨੂੰ ਨਹੀਂ ਦਿੰਦੀਆਂ ਕਦੇ ਸਾਨੂੰ ਟੈਰਰਿਸਟ ਕਹਿ ਦਿੰਦੇ ਹੈ ਕਦੇ ਸਾਨੂੰ ਦਹਿਸ਼ਤਗਰਦ ਕਹਿ ਦਿੰਦੇ ਹੈ ਕਦੇ ਕਹਿ ਦਿੰਦੇ ਆ ਪਾਕਿਸਤਾਨ ਨੂੰ ਬਾਹਰ ਕੱਢੋ ਸਿਮਰਨਜੀਤ ਸਿੰਘ ਮਾਨ ਨੂੰ ਹੁਣ ਦੇਖੋ ਮੈਂ ਤਾਂ ਪਾਕਿਸਤਾਨ 'ਚ ਆਇਆ ਮਾਲਵੇ ਦੇ ਲੋਕਾਂ ਨੇ ਮੇਰੇ 'ਤੇ ਬਹੁਤ ਕਿਰਪਾ ਕੀਤੀ ਹੈ ਕਿ ਇੱਕ ਪਾਕਿਸਤਾਨ ਤੋਂ ਆਇਆ ਹੋਇਆ ਬੰਦਾ ਉਹਨੂੰ ਇੰਨੀਆਂ ਵੋਟਾਂ ਪਾਤੀਆਂ ਕਿ ਸੰਗਰੂਰ ਦੇ ਹਲਕੇ ਨੇ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਨੁਮਾਇੰਦਾ ਚੁਣਿਆ ਅੱਗੇ ਮੇਰੀ ਡਿਊਟੀ ਹੈ ਕਿ ਮੈਂ ਆਪਣੇ ਹਲਕੇ ਦੀ ਸੇਵਾ ਕਿਵੇਂ ਕਰਾਂ ਆਪਣੇ ਸੂਬੇ ਦੀ ਸੇਵਾ ਕਿਵੇਂ ਕਰਾਂ ਅਤੇ ਜਿਹੜਾ ਦੇਸ਼ ਦੇ ਵਿੱਚ ਹੋ ਰਿਹਾ
कि आए साल चीन की फौज लद्दाख दे विच वड़ जांदी है 900 स्क्वेयर किलोमीटर 2000 दे विच चीन ने लद्दाख दे विच नप ले, पर अजे तक इंडिया की फौज दे कोले कोई इन्हां दा जनरल नहीं है जिहड़ा एक पास्यों हमला करके उन्नी धरती सांभ लवे। मेरा कहने का मतलब है कि साडे जनरल साहब ने जिन्होंने नवे मुंडिया की बनाई है कि ये 4 साल लिए काम करनगे, 4 सालों की सख सीख सकते हैं। अंत दे विच इन्हां दी गल बीजेपी की यह है कि जिवें हिटलर पार्टी के नाटसी होंदे सीगे, गस्तापो होंदी सी, SS होंदी सी, इन्हां नूं अपनी पार्टी दे विच मिला के जबरन हिंदू राष्ट्र इत्थे इंडिया दे विच बनाउणगे, ते इह तुहानूं तसल्ली होनी चाहीदी है। नहीं तो इस तरह का खबर कोई भी फौजी नहीं कुटदा जिहड़ा तिन्ने जनरल ने एयरफोर्स नेवी ते फौज ने कुट के सारे मुल्कां दे अगे लिआंदा। तो यह सारिया गल्लां कि डिफेंस जिहड़ा साडे सरहदां दी राखी है वह बीजेपी RSS उस नूं सांभ नहीं सकती हैगी, ते जिहड़ी बहुत बुरी गल है हुण जिन्हां दे ढिड छाती नालों मोटे होण उन्होंने फौज दे बारे स्वा सोचना। अक्सर उन्होंने फिट तो होना चाहिए जिहड़ी एहो जी लेजिसलेशन ते एहो जे बिल पास करवाउंदे आ। फिर मुसलमानां दे खिलाफ उन्हां दीआं बस्तियां ढाई जांदे आ, मध्य प्रदेश यूपी च, हरियाणे च, दिल्ली दे विच अज साडे मुसलमान नू इत्थे कोई सुरक्षा नहीं है। ये सारियां गल्लां पार्लियामेंट दे विच जाके होणगियां, ते जिवें कश्मीर दे विच कानून दे खिलाफ जिहड़ा एफस्पा कानून है वो फौज नू पूरी खुली छुट्टी दे दिंदा है कि किसी नू भी मार दो, किसी नू जख्मी कर दो, किसी नू घोटना फेर दो, किसी बीबी की पत्त लुट के ले जाओ। ये सारा हो रहा है कश्मीर दे विच। पर संविधान की कहता है, संविधान की एक धारा कहती है कि नो परसन कैन बी डिप्राइव्ड ऑफ हिज लाइफ एंड प्रॉपर्टी फ्रीडम विदाउट द प्रोसीजर लेड डाउन इन लॉ। जिहदा मतलब है कि तुसी किसे दी आजादी, किसे दी जान नहीं ले सकते जिन्ना चिर वह कानून के दायरे दे विचों ना जाए, ते थानेदार तो चल के सेशन जज, हाई कोर्ट ते सुप्रीम कोर्ट तक पहुंचे। जिहड़ा साडा नैशनल ह्यूमन राइट्स कमीशन है वो तो सौ गया, वो तो किसी चीज़ वल नहीं देखता हैगा कि असी की कर रहे हैं। सो मेरा कहने का मतलब है कि जिहड़े हुण प्रेजिडेंट बन रहे हैं वो भी जिहड़े आदिवासी है उन्हां दे उत्ते भी ध्यान रखणगे, क्यों करके छत्तीसगढ़ दे विच, मध्य प्रदेश दे विच, झारखंड दे विच, बिहार च, उड़ीसा हुकूमत इंडिया दी उन्हां नूं कहिंदी है कि तुसी नक्सलेट हो ते तुसी माओवादी हो, ते ठा ठा उन्हां नूं मार के खत्म कर दिंदी है। किहड़ा कानून है जिहड़ा कहिंदा है कि तुसी फड़ के किसी मुलजम नूं तुसी मार सकदे हो? ये सारी चीज कानून दे राही हो सकती है। मान साहब, SYL गीत ते रोक लगा दित्ती गई है, सिद्धू मूसेवाला दा आखरी गीत सी, इंडिया दे विच बैन कर दिता गया वो गीत, हुण यूट्यूब ते इंडिया दे विच वो गीत नहीं देख सकते।
सिख कौम नू मुसल कौम नू इंडिया दे विच रहना बहुत मुश्किल कर दिता है। इन्होंने इन्ना साडा नक च दम लिया है कि किन्ने कानून पास करते है कि जे वो मुसलमान हिंदुस्तानी नहीं है फिर असैम दे कैंप दे विच डके हुए है, उन्हां दी ना पेशी पैंदी है ना उन्हां नूं किते जान दिंदे है। सो मेरा कहण दा भाव है कि जिहड़ी हिंदुत्वा दा राज इत्थे पैदा करता है बीजेपी ते आरएसएस ने, ते जिसकी गल अज तक पार्लीमेंट नहीं हुई वो आपां तो ताकत लेके कर देंगे उत्थे जाके। होर की आ